ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਪਟਿਆਲਾ ਦਿਹਾਤੀ ਤੋਂ ਤੇ ਅਮਨ ਅਰੋੜਾ ਪਹੁੰਚੇ ਨੇ ਇੱਥੇ ਰਹਿੰਦੇ ਸਾਹ ਤੱਕ ਅੰਤਲੇ ਸਾਹ ਤੱਕ ਪੰਜਾਬ ਦੇ ਹਿੱਤਾਂ ਦੀ ਲੜਾਈ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਮਾਨਸਾ ਦੀ ਸਰਕਾਰ ਲੜਦੀ ਰਹੀ ਅਮਨ ਜੀ ਅਮਨ ਜੀ ਟੈਕਨੀਕਲੀ ਤੁਸੀਂ ਬੜਾ ਪੜਦੇ ਵੀ ਹੋ ਤੁਸੀਂ ਹਮੇਸ਼ਾ ਹਰ ਚੀਜ਼ ਦੇ ਬੜੇ ਟੈਕਨੀਕਲੀ ਜਾਣੇ ਹੋ ਪਰ ਤੁਸੀਂ ਇਸ ਮੁੱਦੇ ਤੇ ਵੀ ਟੈਕਨੀਕਲੀ ਮੈਨੂੰ ਲੱਗਦਾ ਕੋਕ ਕਰ ਲਈ ਹੋਏਗੀ ਕੀ ਲੱਗਦਾ ਨਿਬੜੇਗਾ ਕੀ ਦੇਖੋ ਲੜਾਈ ਲੜਾਈ ਲੜਨਾ ਸਾਡਾ ਹੱਕ ਹੈ ਸਾਡਾ ਕਰਮ ਹੈ ਸਾਡਾ ਫਰਜ਼ ਹੈ ਜੇ ਮੈਂ ਪਿਛਲੇ ਲੰਮੇ ਲੜਾਈ ਦੀ ਜਿੱਤ ਵੀ ਹੋਵੇ ਲੜਾਈ ਦੀ ਜਿੱਤ ਜੇ ਲੜਾਂਗੇ ਤਾਂ ਹੀ ਹੋਊਗੀ ਜੀ ਅੱਜ ਤੱਕ ਤਾਂ ਕਿਸੇ ਨੇ ਲੜਾਈ ਨਹੀਂ ਲੜੀ ਹੈਗੀ ਜੋ ਅੱਜ ਕੁਝ ਹੋ ਰਿਹਾ ਹੈ ਉਹ ਇਸੇ ਗੱਲ ਕਰਕੇ ਹੋ ਰਿਹਾ ਕਿਉਂਕਿ ਹੁਣ ਤੱਕ ਦੀ 70 ਸਾਲਾਂ ਦੀ ਚਾਹੇ ਕਾਂਗਰਸ ਅਕਾਲੀ ਦਲ ਬੀਜੇਪੀ ਜੀ ਦੀ ਸਰਕਾਰ ਰਹੀ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਲੜਾਈ ਤਾਂ ਲੜੀ ਨਹੀਂ ਆਪ ਦੇ ਸੌਦੇਬਾਜ਼ੀਆਂ ਕਰ ਲੈਂਦੇ ਸੀਗੇ ਅੱਜ ਪਹਿਲੀ ਵਾਰੀ ਇਹ ਹੋਣ ਜਾ ਰਿਹਾ ਹੈ ਕਿ ਪੰਜਾਬ ਦੇ ਹਿੱਤਾਂ ਦੀ ਲੜਾਈ ਹੈ ਜਿਹੜੀ ਉਹ ਮਾਨਸਾ ਮੰਜੀ ਸੁਖਜਿੰਦਰ ਰੰਧਾਵਾ ਵੀ ਹੁਣੇ ਆ ਕੇ ਗਏ ਉਹ ਕਹਿੰਦੇ ਅਸੀਂ ਵੀ ਇਹ ਹਿੱਤਾਂ ਨੂੰ ਲੈ ਕੇ ਅਸੀਂ ਵੀ ਆਵਾਜ਼ ਚੁੱਕਦੇ ਰਹੇ ਅਸੀਂ ਵੀ ਕਹਿੰਦੇ ਜਿਹੜਾ ਦਾਇਰਾ ਵਧਾਇਆ ਗਿਆ ਸੀ ਬੀਐਸਏ ਤਾਂ ਉਸਦਾ ਵੀ ਕਹਿੰਦੇ ਮਤਾ ਪਾਇਆ ਅਸੀਂ ਖੇਤੀ ਕਾਨੂੰਨ ਵੀ ਰੱਦ ਕੀਤੇ ਪਰ ਕਹਿੰਦੇ ਕੁਝ ਨਹੀਂ ਹੋਇਆ ਅੱਜ ਰਾਜਪਾਲ ਕੋਲ ਹੀ ਪਏ ਰਹੇ ਉਹ ਉਹਨਾਂ ਨੇ ਪ੍ਰੋਪਰਲੀ ਫਾਲੋ ਨਹੀਂ ਕੀਤਾ ਲੜਾਈ ਸੱਚੇ ਮਾਨ ਨੇ ਲੜੀ ਜਿਹੜਾ ਬੀਐਸਏ ਦੀ ਗੱਲ ਕਰਕੇ ਨੇ ਰੰਧਾਵਾ ਸਾਹਿਬ ਜਿਸ ਦਿਨ ਨੋਟੀਫਿਕੇਸ਼ਨ ਹੋਈ ਉਹ ਤੋਂ ਡੇਢ ਮਹੀਨੇ ਬਾਅਦ ਤਾਂ ਆਲ ਪਾਰਟੀ ਮੀਟਿੰਗ ਸੱਦੀ ਉਹ ਤੋਂ ਡੇਢ ਮਹੀਨੇ ਬਾਅਦ ਸਪੈਸ਼ਲ ਸੈਸ਼ਨ ਸੱਦਿਆ ਤੇ ਮੈਂ ਉਸ ਦਿਨ ਕਿਹਾ ਸੀ ਮੀਟਿੰਗ ਦੇ ਵਿੱਚ ਆਲ ਪਾਰਟੀ ਦੇ ਵਿੱਚ ਔਰ ਵਿਧਾਨ ਸਭਾ ਜੀ ਕਿ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਓ ਉਹ ਹਜੇ ਤੱਕ ਨਹੀਂ ਖੜਕਾਇਆ ਕਿ ਮੇਰੇ ਕਹਿਣ ਦਾ ਮਤਲਬ ਹੈ ਇਹ ਸਿਰਫ ਸੁਪਰੀਮ ਕੋਰਟ ਚ ਜਾਓਗੇ ਅਸੀਂ ਅਸੀਂ ਸੁਣ ਤਾਂ ਲਓ ਇੱਕ ਮਿੰਟ ਮੇਰੀ ਗੱਲ ਅੱਜ ਅੱਜ ਉਹ ਯਾਰ ਇੱਕ ਮਿੰਟ ਕਾਂਗਰਸ ਅਕਾਲੀ ਦਲ ਕਹਿ ਰਹੇ ਸੀ ਜਵਾਬ ਤਾਂ ਦੇ ਦਿਓ ਜਵਾਬ ਲੈ ਲਓ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਦਾ ਜਵਾਬ ਲੈ ਲਓ ਜੀ ਸਮਝ ਲਈ ਅੱਜ ਇਹਨਾਂ ਨੇ 3 ਦਿਨ ਪਹਿਲਾਂ ਇਹ ਨੋਟੀਫਿਕੇਸ਼ਨ ਕੀਤੀ ਹੈ ਅੱਜ ਹੀ ਸੈਸ਼ਨ ਹੈ ਜਿਹੜਾ ਉਹ ਮਾਨ ਸਾਹਿਬ ਨੇ ਬੁਲਾ ਲਿਆ ਚਾਹੇ ਕਨਸਟੀਟਿਊਸ਼ਨਲ ਤੌਰ ਤੇ ਚਾਹੇ ਲੀਗਲ ਤੌਰ ਤੇ ਚਾਹੇ ਪੋਲੀਟੀਕਲ ਤੌਰ ਤੇ ਚਾਹੇ ਸੰਘਰਸ਼ ਦੇ ਤੌਰ ਤੇ ਜਿਸ ਤਰੀਕੇ ਦੇ ਨਾਲ ਵੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੀ ਲੋੜ ਪਈ ਉਹ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਸਰਕਾਰ ਉਹ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੀ ਹੈ ਬੀਜੇਪੀ ਕਹਿੰਦੀ ਹੈ ਬ੍ਰਹਮ ਚਲਾਇਆ ਜਾ ਰਿਹਾ ਝੂਠ ਪ੍ਰਚਾਰ ਕੀਤਾ ਜਾ ਰਿਹਾ ਕਹਿੰਦੇ ਤਾਂ ਬਹੁਤ ਵਧੀਆ ਫੈਸਲਾ ਹੋਇਆ ਕਹਿੰਦੇ ਉਹਨਾਂ ਉਹਨਾਂ ਨੂੰ ਤਾਂ ਤਿੰਨ ਕਾਲੇ ਕਾਨੂੰਨ ਵੀ ਫਾਇਦੇਮੰਦ ਲੱਗਦੇ ਸੀਗੇ ਉਹਨਾਂ ਨੂੰ ਤਾਂ ਬੀਐਸਐਫ ਦਾ ਦਾਇਰਾ ਵੀ ਫਾਇਦੇਮੰਦ ਲੱਗਦਾ ਸੀਗਾ ਉਹਨਾਂ ਨੂੰ ਤਾਂ ਬੀਬੀਐਮ ਦਾ ਵਾਲਾ ਫੈਸਲਾ ਜਿਹੜਾ ਉਹ ਵੀ ਫਾਇਦੇਮੰਦ ਲੱਗਦਾ ਉਹਨਾਂ ਨੂੰ ਤਾਂ ਸਾਰਾ ਕੁਝ ਹੀ ਫਾਇਦੇਮੰਦ ਲੱਗਦਾ ਕਿਉਂਕਿ ਸੁਣ ਤਾਂ ਲਓ ਯਾਰ ਇੱਕ ਮਿੰਟ ਕਿਉਂਕਿ ਉਹ ਪੰਜਾਬ ਦੀ ਗੱਲ ਥੋੜੋ ਕਰਦੇ ਨੇ ਉਹ ਤਾਂ ਉੱਪਰੋਂ ਜੋ ਉਹਨਾਂ ਨੂੰ ਮੈਸੇਜ ਆ ਜਾਂਦਾ ਕੇਂਦਰ ਵੱਲੋਂ ਵੀ ਤੁਸੀਂ ਤੋਤੇ ਵਾਂਗੂ ਆ ਰਟੀ ਰਟਾਈ ਲੈਣ ਬੋਲ ਦੋ ਉਹ ਤਾਂ ਬੀਜੇਪੀ ਵਾਲੇ ਤਾਂ ਉਵੇਂ ਬੋਲ ਦਿੰਦੇ ਨੇ ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਹੈ ਔਰ ਇਕੱਲੇ ਬੀਜੇਪੀ ਵਾਲੇ ਨਹੀਂ ਹੁਣ ਤੱਕ ਅਕਾਲੀ ਵੀ ਤੇ ਕਾਂਗਰਸੀ ਵੀ ਬੋਲਦੇ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਜੋ ਹਾਲ ਉਹਨਾਂ ਦਾ ਹੋ ਗਿਆ ਉਹ ਵੀ ਉਹਨਾਂ ਦਿੱਲੀ ਵਾਲਿਆਂ ਦੇ ਤੁਸੀਂ ਭਾਵੇਂ ਸੈਸ਼ਨ ਬੁਲਾ ਰਿਹਾ ਆਪੋਜੀਸ਼ਨ ਵੀ ਵੈਲਕਮ ਕਰ ਰਹੀ ਹੈ ਪਰ ਇੱਕ ਇਹ ਵੀ ਗੱਲ ਕਹਿ ਰਹੀ ਹੈ ਕਹਿੰਦੇ ਕਿ ਪੰਜ ਰਾਜ ਸਭਾ ਸੰਸਦ ਗਏ ਨੇ ਕਿਉਂ ਨਹੀਂ ਉੱਥੇ ਆਵਾਜ਼ ਚੁੱਕ ਰਹੇ ਕਿਉਂ ਨਹੀਂ ਆਵਾਜ਼ ਚੁੱਕ ਰਹੇ ਹਜੇ ਅੱਜ 3 ਦਿਨ ਪਹਿਲਾਂ ਨੋਟੀਫਿਕੇਸ਼ਨ ਹੋਈ ਹੈ ਅੱਜ ਸਪੈਸ਼ਲ ਸੈਸ਼ਨ ਬੁਲਾ ਲਿਆ ਸੰਜੇ ਸਿੰਘ ਜੀ ਨੇ ਰਾਜ ਸਭਾ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਮੈਂਬਰ ਨੇ ਉਹਨਾਂ ਨੇ ਮੁੱਦਾ ਜਿਹੜਾ ਚੱਕਿਆ ਤੁਸੀਂ ਦੇਖੋ ਗੱਲ ਪਤਾ ਕੀ ਹੈ ਜਿਹੜੇ ਸਵਾਲ ਇਹ ਸਾਨੂੰ ਕਰਦੇ ਨੇ ਉਹਨੇ 70 ਸਾਲਾਂ ਚ ਕੀ ਸਵਾਲ ਉਡਾਲੀ ਇਹ ਤਾਂ